ਕਿਸਾਨਾਂ ਦੇ ਇਸ ਰੋਸ ਨੂੰ ਜਿਹੜਾ ਬੀਜੇਪੀ ਦੇ ਪ੍ਰਤੀ ਜ਼ਿਆਦਾ ਅਤੇ ਆਮ ਆਦਮੀ ਪਾਰਟੀ ਦੇ ਦੂਜੇ ਨੰਬਰ ਦੇ ਉੱਤੇ ਵਿਰੋਧ ਦੇਖਣ ਨੂੰ ਮਿਲਿਆ, ਕਿਉਂਕਿ ਬਠਿੰਡਾ ਵਾਲੇ ਪਾਸੇ ਗੁਰਮੀਤ ਸਿੰਘ ਖੁੱਡੀਆਂ ਖੁਦ ਖੇਤੀਬਾੜੀ ਮੰਤਰੀ, ਉਹਨਾਂ ਦਾ ਵਿਰੋਧ ਹੋਇਆ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 2-3 ਵੀਡੀਓ ਜਾਂ ਇੱਕ ਭਾਸ਼ਣ ਜਿਹੜਾ ਦਿੱਤਾ ਉਸ ਪਾਸੇ, ਇੱਕ ਵੀਡੀਓ ਸਪੈਸ਼ਲ ਜਿਹੜੀ ਆ ਉਹ ਜਾਰੀ ਕੀਤੀ ਗਈ ਉਹਨਾਂ ਦੇ ਆਪਣੇ ਅਫੀਸ਼ੀਅਲ ਪੇਜ ਤੋਂ, ਕਿ ਮੈਂ ਕਿਸਾਨਾਂ ਦਾ ਧੰਨਵਾਦੀ ਹਾਂ, ਉਹ ਸਹਿਯੋਗ ਸਾਨੂੰ ਦੇ ਰਿਹਾ ਸੀ, ਸਰਕਾਰ ਉਹਨਾਂ ਨੂੰ ਸਹਿਯੋਗ ਦੇ ਰਹੀ ਹੈ, ਕੀ ਜਿਹੜਾ ਉੱਧਰ ਦਾ ਰੋਸ ਹੈ ਉਹ ਇਹਨਾਂ ਵਾਲੇ ਪਾਸੇ ਨਾ ਆ ਜਾਵੇ। ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਾਸ਼ਣ 'ਚੋਂ ਗੱਲਾਂ ਸੀ ਜਾਂ ਵਾਕਈ ਆਮ ਆਦਮੀ ਪਾਰਟੀ ਕਿਸਾਨਾਂ ਲਈ ਕੁਛ ਚੰਗਾ ਕਰ ਰਹੀ ਹੈ ਜਾਂ ਕਰਨਾ ਚਾਹੁੰਦੀ ਹੈ? ਦੇਖੋ, 5 ਮਹੀਨੇ ਦੇ ਵਿੱਚ ਇਹ ਲੱਗਾ ਨਹੀਂ ਕਿ ਜਿਹੜੀ ਸਰਕਾਰ ਦੀ ਅਤੇ ਕਿਸਾਨਾਂ ਦੀ ਬੜੀ ਵਧੀਆ ਚੱਲਦੀ ਹੈ, ਬੜੀ ਆਪਸੀ ਹੈ, ਤਾਲਮੇਲ ਹੈ। ਹਾਲਾਂਕਿ ਭਗਵੰਤ ਮਾਨ ਸਾਹਿਬ ਨੇ ਕੋਸ਼ਿਸ਼ ਕੀਤੀ ਵਿਚੋਲਗੀ ਦੀ, ਪਰ ਗੱਲ ਬਣੀ ਨਹੀਂ, ਵਕਾਲਤ ਕਰਨ ਦੀ ਕੋਸ਼ਿਸ਼ ਕੀਤੀ, ਗੱਲ ਬਣੀ ਨਹੀਂ ਇਹ। ਹੁਣ ਸਵਾਲ ਹੈ ਕਿ ਕਿਸਾਨਾਂ ਨੂੰ ਕੀ ਇੱਦਾਂ ਇਹ ਜਿਹੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਕਿਸਾਨ ਫਿਸਲ ਜਾਊਗਾ। ਕਿਸਾਨ ਨੂੰ ਤਾਂ ਆਪਣੀ ਫਸਲ ਦਾ ਸਵਾਲ ਆ, ਉਹ ਫਿਸਲਦਾ ਕਿੰਨਾ ਕਿਸਾਨਾਂ 'ਤੇ ਨਿਰਭਰ ਕਰਦਾ। ਪਰ ਅਜਿਹੇ ਮੌਕੇ, ਕਿਉਂਕਿ ਚੋਣ ਅਖਾੜਾ ਭਖਿਆ ਹੋਇਆ, ਹਰ ਕੋਈ ਕਹਿੰਦਾ ਕਿ ਅਜਿਹੀ ਦੀ ਸਟੇਟਮੈਂਟ ਦਿੱਤੀ ਜਾਵੇ ਕਿਤੇ ਨੇ ਮੇਰੇ ਸਾਡੀ ਪਾਰਟੀ ਨੂੰ ਪਾ ਦੇਣ, ਕਿਸਾਨਾਂ ਨੇ ਤਾਂ ਕਿਸੇ ਨਾ ਕਿਸੇ ਨਾਰਾਜ਼ਗੀ ਦਿਖਾਉਣੀ ਆ। ਔਰ ਇਸ ਟਾਈਮ ਸਪਸ਼ਟ ਹੈ ਕਿ ਉਹ ਬੀਜੇਪੀ ਦੇ ਪ੍ਰਤੀ ਕਿਸਾਨ ਵੋਟ ਨਹੀਂ ਪਾਉਣਗੇ, ਉਹਨਾਂ ਦਾ ਤਾਂ ਪਿੰਡਾਂ 'ਚ ਵੜਨਾ ਵੀ ਔਖਾ ਹੋ ਗਿਆ। ਕਾਂਗਰਸ ਪਾਰਟੀ ਇਹਦਾ ਵੀ ਵਿਰੋਧ, ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋ ਰਿਹਾ। ਚੱਬੇਵਾਲ ਨੂੰ ਵੀ ਲੋਕਾਂ ਨੇ ਪੁੱਛ ਲਿਆ ਕਿ ਪਹਿਲਾਂ ਤਾਂ 2 ਸਾਲ ਤੁਸੀਂ ਆਏ ਨਹੀਂ, ਹੁਣ ਤੁਹਾਨੂੰ ਯਾਦ ਆ ਗਈ। ਉਹ ਸਾਰਿਆਂ ਦੇ ਵਿਰੋਧ, ਅਜਿਹੇ ਮੌਕੇ ਅਗਰ ਭਗਵੰਤ ਮਾਨ ਸਾਹਿਬ ਨੂੰ ਲੱਗਦਾ ਕਿ ਮੈਂ ਕਿਸਾਨਾਂ ਨੂੰ ਪਲੋਸ ਲਾਂ, ਭਰਮਾ ਲਾਂ ਅਤੇ ਮੈਨੂੰ ਫਾਇਦਾ ਹੋਊਗਾ, ਉਹ ਤਾਂ ਹਰ ਕੋਈ ਕਰਦਾ ਹੈ ਕਿਸਾਨਾਂ ਦੇ ਮਸਲੇ ਦੇ ਵਿੱਚ। ਹੁਣ ਇਹ ਕਿ ਕਿਸਾਨਾਂ ਵਾਸਤੇ ਇਹਨਾਂ 2 ਸਾਲ ਦੀ ਸਰਕਾਰ ਦੇ ਵਿੱਚ ਕੀਤਾ ਕੀ ਸਰਕਾਰ ਨੇ, ਕਿਉਂਕਿ ਬਿਜਲੀ ਪਹਿਲਾਂ ਵੀ ਮਿਲਦੀ ਸੀ, ਫ੍ਰੀ ਵੀ ਮਿਲਦੀ ਸੀ ਅਤੇ ਟਾਈਮ 'ਤੇ ਬਿਜਲੀ ਵੀ ਮਿਲਦੀ, ਪਾਣੀ ਪਹਿਲਾਂ ਵੀ ਮਿਲਦਾ ਸੀ, ਹੁਣ ਵੀ ਮਿਲ ਰਿਹਾ ਹੈਗਾ, ਕੋਈ ਨਵੀਂ ਗੱਲ ਤਾਂ ਹੈ ਨਹੀਂ ਹੈ। ਹਾਂ, ਤੁਹਾਡੀ ਸਰਕਾਰ ਕਹਿੰਦੀ ਸੀ ਕਿ ਅਸੀਂ 23 ਫਸਲਾਂ 'ਤੇ MSP ਦੇਵਾਂਗੇ, ਤਾਂ ਤੁਸੀਂ ਕਿਹਾ ਸੀ ਕਿ ਅਸੀਂ 5 ਮਿੰਟਾਂ 'ਚ ਚੁਟਕੀਆਂ ਮਾਰੀਆਂ ਸੀ ਕਿ ਚੁਟਕੀਆਂ ਮਾਰ ਕੇ ਅਸੀਂ MSP ਲਾਗੂ ਕਰ ਦਾਂਗੇ। ਹੁਣ ਉਹ ਬੀਬੀ ਵੀ ਚੁੱਟ ਗਈਆਂ, ਜੁੜ ਗਈਆਂ ਉਂਗਲਾਂ, ਉਸ ਤੋਂ ਬਾਅਦ ਹਰਿਆਣੇ ਨੇ ਵੀ ਦਿੱਤੀਆਂ MSP, ਕਿ ਸਟੇਟ ਵੀ ਤਾਂ ਦੇ ਸਕਦਾ, ਉਹ ਤੁਸੀਂ ਦਿੱਤੀਆਂ ਨਹੀਂ ਹੈਗੀਆਂ। ਤੁਹਾਡੇ ਤੋਂ ਕਿਸਾਨ ਵੀ ਖਫਾ, ਇਹ ਨਹੀਂ ਹੈ ਕਿ BJP ਤੋਂ ਖਫਾ, ਸਟੇਟ ਗੌਰਮੈਂਟ ਤੋਂ ਵੀ ਖਫਾ, ਤੁਹਾਡੇ ਤੋਂ ਕਿਸਾਨ ਅਤੇ ਮਜ਼ਦੂਰ ਦੋਨੇ ਖਫਾ। ਤੁਸੀਂ 5 ਮਹੀਨਿਆਂ ਦੇ ਵਿੱਚ ਇੰਨਾ ਨਹੀਂ ਕੀਤਾ ਹੈਗਾ ਜਿੰਨੀਆਂ ਤੁਸੀਂ ਉਹਨੂੰ ਕਿਸਾਨਾਂ ਨੂੰ ਪਲੋਸਣ ਦੀ ਗੱਲ ਕਰਦੇ ਹੋ। ਪਰ ਕਿਸਾਨਾਂ ਨੇ ਇਸ ਮੌਕੇ ਦੇਖਣਾ ਕਿ ਸਾਨੂੰ ਫਾਇਦਾ ਕਿੱਥੋਂ ਹੈ, ਸੈਂਟਰ ਤੋਂ ਜਾਂ ਸਟੇਟ ਤੋਂ ਜਾਂ ਕਿਹੜੀ ਪੋਲੀਟੀਕਲ ਦੂਜੀ ਪਾਰਟੀ ਤੋਂ ਆਸ ਆ? ਕਿਉਂਕਿ ਹੁਣ ਤਾਂ ਕਾਂਗਰਸ ਪਾਰਟੀ ਨੇ ਵੀ ਜਿਹੜਾ ਆਪਣਾ ਘੋਸ਼ਣਾ ਪੱਤਰ ਜਾਂ ਨਿਆਏ ਪੱਤਰ ਜਾਰੀ ਕੀਤਾ, ਉਹ ਕਹਿੰਦੇ ਕਿ ਅਸੀਂ MSP ਨੂੰ ਲੀਗਲਾਈਜ਼ ਕਰਾਂਗੇ। ਲੋਕਾਂ ਨੇ ਉਹ ਵੀ ਦੇਖਣਾ, ਇਹ ਹਾਲੇ ਤਾਂ ਲਹਿਰ ਭਖੂਗੀ, ਐਨ ਮੌਕੇ ਕਿਸਾਨ ਵੀ ਡਿਸਾਈਡ ਕਰੂਗਾ ਕਿ ਅਸੀਂ ਕਿਹਦੇ ਹੱਕ ਦੇ ਵਿੱਚ ਵੋਟਾਂ ਪਾਉਣੀਆਂ ਨੇ। ਪਰ ਕੋਸ਼ਿਸ਼ ਤਾਂ ਹਰ ਕੋਈ ਕਰਦਾ, ਉਸ ਕੋਸ਼ਿਸ਼ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਪਰਾਲਾ ਕਰ ਲਿਆ ਕਿ ਪਹਿਲਾਂ ਕੱਲ੍ਹ ਵੀ ਗੁਰਦਾਸਪੁਰ ਗੱਲ ਕੀਤੀ, ਫਿਰ ਅੰਮ੍ਰਿਤਸਰ ਕੀਤੀ, ਅੱਜ ਉਹਨਾਂ ਪੱਟੀ ਕੀਤੀ ਆ, ਸ਼ਾਮ ਨੂੰ ਰਾਤ ਨੂੰ ਭਾਵੇਂ ਜਲੰਧਰ ਜਾ ਕੇ ਕਰ ਲੈਣ, ਉਹ ਤਾਂ ਆਪਣੇ ਮੰਚ ਤੋਂ ਜਿਹੜੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ, ਫਿਰ ਜਿਹੜੀ ਸਪੈਸ਼ਲ ਕਿਸਾਨਾਂ ਦੇ ਹੱਕ ਵਿੱਚ ਗੱਲ ਕੀਤੀ ਆ, ਉਹ ਲੱਗਦਾ ਨਾ ਕਿ ਮੈਂ ਜਿਹੜੀਆਂ ਗੱਲਾਂ ਕਰ ਰਿਹਾ ਕਿਸਾਨ ਮੇਰੀ ਇਸ ਮੌਕੇ ਮੰਨ ਰਹੇ ਨੇ। ਕੱਲ੍ਹ ਵੀ ਉਹਨਾਂ ਕਿਹਾ ਸੀ ਕਿ ਮੇਰੀ ਇੱਕ ਅਪੀਲ 'ਤੇ ਜਿਹੜੀ ਵਰਾਇਟੀ ਆ PUSA 44, ਮੈਂ ਕਿਹਾ ਸੀ ਕਿ ਨਾ ਲਾਓ, ਕਿਸਾਨਾਂ ਨੇ ਨਹੀਂ ਲਾਈ, ਅਤੇ 474 ਕਰੋੜ ਰੁਪਈਏ ਬਿਜਲੀ ਬੋਰਡ ਦੇ ਬੱਜ ਗਏ, ਕਿਉਂਕਿ ਉਹ ਫਸਲ ਪੱਕਣ 'ਤੇ 192 ਦਿਨ ਲੱਗਦੇ ਨੇ। ਮੈਂ ਕਿਹਾ ਸੀ ਕਿ ਦੂਜੀ ਵਰਾਇਟੀ ਲਾ ਦਿਉ, 26, 27, 28, 29 ਲਾ ਦਿਉ, ਉਹ 92 ਦਿਨ ਲੱਗਦੇ ਹਨ। ਅਤੇ ਉਹ ਕਹਿੰਦੇ ਕਿ ਪਾਣੀ ਵੀ ਬਚ ਗਿਆ, 5 ਬਿਲੀਅਨ ਕਿਊਬਿਕ ਮੀਟਰ ਪਾਣੀ ਬਚਿਆ ਹੈਗਾ ਅਤੇ ਨਾਲ 500 ਕਰੋੜ ਰੁਪਈਆ ਬਚੇ। ਉਹ ਕਹਿੰਦੇ ਮੇਰੀ ਕਿਸਾਨ ਮੰਨਦੇ ਨੇ, ਕਿਉਂਕਿ ਮੈਂ ਉਹਨਾਂ 'ਚੋਂ ਨਿਕਲਿਆ, ਮੈਨੂੰ ਪਤਾ ਨੱਕਾ ਕਿਵੇਂ ਮੋੜਨਾ ਹੈਗਾ। ਕਿ ਉਹ ਕੱਲ੍ਹ ਕਹਿ ਰਹੇ ਕਿ ਚੰਡੀਗੜ੍ਹ ਜਦੋਂ ਮੈਂ ਬਿਜਲੀ ਅਫਸਰਾਂ ਨਾਲ ਗੱਲ ਕੀਤੀ ਹੈਗੀ, ਉਹ ਕਹਿੰਦੇ ਕਿ CM ਸਾਹਿਬ ਕਹਿੰਦੇ ਕਿ ਇੱਥੇ ਨਹੀਂ ਗੱਲ ਬਣੀ, ਆਪਾਂ ਨੱਕਾ ਮੀਟਿੰਗ ਕਰਾਂਗੇ। ਉਹ ਕਹਿੰਦੇ ਨੱਕਾ ਕੀ ਹੁੰਦੀ, ਕਹਿੰਦੇ ਨਾਕਾ ਨਹੀਂ ਨੱਕਾ,
ਵੀ ਆਪਾਂ ਤਾਂ ਉੱਥੇ ਬੈਠ ਕੇ ਹੀ ਖੇਤਾਂ ਦੇ ਵਿੱਚ ਮੋੜ ਕੇ ਉੱਥੇ ਬੈਠ ਕੇ ਮੀਟਿੰਗ ਕਰਾਂਗੇ ਕਿ ਜਿਨ੍ਹਾਂ ਨੇ ਨੱਕੇ ਮੋੜਨੇ ਕਿ ਪਾਣੀ, ਕਿਉਂਕਿ ਪਾਣੀ ਤੋਂ ਲੜਾਈਆਂ ਹੁੰਦੀਆਂ ਰਹੀਆਂ ਨੇ। ਹੁਣ ਸਰਕਾਰ ਦਾਅਵਾ ਤਾਂ ਕਰੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾ ਹੈਗਾ, ਜੇ ਉਹ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾ ਤਾਂ ਸਰਕਾਰ ਨੂੰ ਫਾਇਦਾ ਹੋਊਗਾ, ਵੋਟਾਂ ਪਾ ਦੇਣਗੇ। ਪਰ ਇਸ ਮੌਕੇ ਉਹਨਾਂ ਲੱਗਦਾ ਕਿ ਅਕਾਲੀ ਦਲ ਦੀ ਹਵਾ ਨਹੀਂ ਬਣ ਰਹੀ ਪੰਜਾਬ ਦੇ ਵਿੱਚ, ਕਾਂਗਰਸ ਦੀ ਹਵਾ ਨਹੀਂ ਬਣ ਰਹੀ ਹੈਗੀ, ਬੀਜੇਪੀ ਦੇ ਖਿਲਾਫ ਪੰਜਾਬ ਦਾ ਕਿਸਾਨ, ਅਤੇ ਇਸ ਕਰਕੇ ਉਹ ਜਿਹੜਾ ਫਾਇਦਾ ਚੁੱਕਣ ਦੇ ਮਸਤ ਦੇ ਧਿਆਨ ਵਿੱਚ ਰੱਖਦੇ ਸੀ ਐਮ ਸਾਹਿਬ ਕਿਸਾਨਾਂ ਨੂੰ ਪਲੂਸਣ ਦਾ ਯਤਨ ਕਰ ਰਹੇ ਨੇ।